ਅੰਦਰ ਦੇ ਲੋਕਾਂ ਨੂੰ ਕੀ ਆ ਰਿਹਾ, ਪਰ ਤੁਸੀਂ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਤੁਸੀਂ ਇਸ ਤਰ੍ਹਾਂ ਦੋ ਤੁਸੀਂ ਸਾਨੂੰ ਦੱਸ ਸਕਦੇ ਹੋ ਕਿਹੜੇ ਬੰਦੇ ਨੂੰ ਤੁਸੀਂ ਹਮਾਇਤ ਕਰੋਗੇ ਜਾਂ ਕਿਹੜੇ ਬੰਦੇ ਜਦੋਂ ਪੰਜਾਬ ਦੀ ਗੱਲ ਕਰ ਸਕਦੇ ਆ ਬਤੌਰ ਸਿਆਸੀ ਲੀਡਰ? ਦੇਖੋ ਪਹਿਲੀ ਗੱਲ ਤਾਂ ਤੁਹਾਡੀ, ਮੈਂ ਇਸ ਗੱਲ ਨੂੰ ਟੋਕੂੰਗਾ ਅੱਜ, ਇਹ ਸਿਆਸਤ ਖਾਤਰ ਮੋਰਚਾ ਨਹੀਂ ਲੱਗਿਆ ਸੀ, ਇੱਥੇ ਧਰਮ ਦੀ ਗੱਲ ਹੋਈ ਆ, ਸੱਭਿਆਚਾਰ ਦੀ ਗੱਲ ਹੋਈ ਆ, ਇੱਥੇ ਸਾਡੇ ਫਲਸਫੇ ਦੀ ਗੱਲ ਹੋਈ ਆ, ਇੱਥੇ ਮਾਂ ਬੋਲੀ ਦੀ ਗੱਲ ਹੋਈ ਆ, ਇੱਥੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਈ ਆ, ਇੱਥੇ ਪ੍ਰਵਾਸ ਦੀ ਗੱਲ ਹੋਈ ਆ। ਤੁਸੀਂ ਕੋਈ ਵੀ ਇੰਟਰਵਿਊ ਕੱਢ ਕੇ ਦੇਖੋ, ਹੁਣ ਜੇ ਧਰਮ ਦੀ ਗੱਲ ਕਰਦੇ ਹਾਂ, ਸਿਧਾਂਤ ਦੀ ਗੱਲ ਕਰਦੇ ਹਾਂ, ਤਾਂ ਗੁਰੂ ਸਾਹਿਬ ਨੇ ਕਿਹਾ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਰੇ। ਜੇ ਤੁਸੀਂ ਇਸ ਗੱਲ ਤੋਂ ਮੁਨਕਰ ਹੁੰਦੇ ਹੋ ਤਾਂ ਤੁਸੀਂ ਗੁਰੂ ਸਾਹਿਬ ਦੇ ਸਿਧਾਂਤ ਤੋਂ ਮੁਨਕਰ ਹੋਵੇ। ਇੱਕ ਮਿੰਟ, ਬਿਲਕੁਲ ਨਹੀਂ ਨਹੀਂ ਬਿਲਕੁਲ, ਮੈਂ ਤੁਹਾਨੂੰ ਦੱਸਾਂ ਅੱਜ ਦਾ ਬਲ ਕੀ ਹੈ। ਮੈਨੂੰ ਇੱਕ ਗੱਲ ਦੱਸੋ, ਕੋਈ ਕਿਸੇ ਕੋਲ ਰਾਜ ਨਾ ਦੇ ਹੈ, ਜੋ ਲਏ ਹੈ ਨਿਜ ਬਲ ਸੇ ਲਏ, ਤਾਂ ਪੰਜਾਬ ਕੋਲ ਆਪਦੇ ਬਲ ਪ੍ਰਗਟ ਕਰਨ ਦੀ ਸਿਆਸਤ ਨਹੀਂ ਹੋਣੀ ਚਾਹੀਦੀ? ਇਹਦਾ ਜਵਾਬ ਤੁਸੀਂ ਦਿਓ ਹੈ ਨਾ। ਹਾਂ, ਹੁਣ ਬਲ ਅਸੀਂ ਕਿਵੇਂ ਪ੍ਰਗਟ ਕਰਾਂਗੇ ਜੇ ਸਾਡੇ ਕੋਲ ਸਾਡੇ ਲੀਡਰ ਹੋਏ? ਅੱਜ ਤੱਕ ਤੁਸੀਂ ਸਾਡਾ ਲੀਡਰ ਕੋਈ ਪੈਦਾ ਕੀਤਾ? ਕੋਈ ਭਾਈ ਜੀ, ਪਰ ਉਹਨਾਂ 'ਤੇ ਤੁਸੀਂ ਕਦੇ ਪਹਿਰਾਦਾਰੀ ਨਹੀਂ ਲਾਈ, ਉਹਨਾਂ 'ਤੇ ਕੋਈ ਇਹੋ ਜਿਹਾ ਸਿਸਟਮ ਨਹੀਂ ਦਿੱਤਾ ਵੀ ਉਹਨਾਂ ਨੂੰ ਬੇਨਕਾਬ ਕੀਤਾ ਜਾ ਸਕੇ। ਉਹ ਪਿਛਲੇ 73 ਸਾਲਾਂ ਤੋਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਂਦੇ ਆ ਰਹੇ ਹੈ। ਜੇ ਅੱਜ ਤੱਕ ਪੰਜਾਬ 'ਚ ਕਿਸੇ ਬੰਦੇ ਨੇ ਇਹ ਗੱਲ ਨਹੀਂ ਕਹੀ ਵੀ ਮੈਂ ਮੇਨ ਸਟ੍ਰੀਮ ਪੋਲੀਟਿਕਸ 'ਚ ਨਹੀਂ ਆਊਂਗਾ, ਮੈਂ ਸਿਰਫ ਪੰਜਾਬ ਦੇ ਸਾਰਥਕ ਸਮਾਜ ਦੀ ਬਣਤਰ ਖਾਤਰ ਹੀ ਲੜਾਈ ਲੜਾਂਗਾ। ਦੋ ਤਰ੍ਹਾਂ ਦੀ ਪੋਲੀਟਿਕਸ ਹੁੰਦੀ ਆ, ਇੱਕ ਪੋਲੀਟਿਕਸ ਹੁੰਦੀ ਆ ਜਿਹੜੀ ਤੁਸੀਂ ਮੇਨ ਸਟ੍ਰੀਮ ਵੋਟਾਂ ਦੀ ਪੋਲੀਟਿਕਸ ਲੜਦੇ ਹੋ, ਪੋਲੀਟਿਕਸ ਹੁੰਦੀ ਆ ਸਟਰਗਲ ਪੋਲੀਟਿਕਸ ਜਿਹੜੀ ਮੋਰਚਿਆਂ ਤੋਂ ਧਰਨਿਆਂ 'ਚੋਂ ਲੜੀ ਜਾਂਦੀ ਹੈ। ਆਪਾਂ ਉਹੀ ਕਰ ਰਹੇ ਹਾਂ ਜੇ ਅਸੀਂ ਕਹਿ ਰਹੇ ਹਾਂ ਪੰਜਾਬ ਵਾਸੀ ਹੋਣ ਦੀ ਲੜਾਈ ਲੜ ਰਹੇ ਹਾਂ, ਉਸੇ ਲਈ ਅੱਜ ਖੜੇ ਹਾਂ। ਪੰਜਾਬ ਹੋਣ ਦੀ ਲੜਾਈ ਲੜ ਰਿਹਾ ਤੇ ਪੰਜਾਬ ਬਣੇਗਾ ਕਿਵੇਂ? ਜਦੋਂ ਤੱਕ ਰਾਜ ਨਹੀਂ ਆਊਗਾ, ਜਦੋਂ ਤੱਕ ਉਸ ਰਾਜ 'ਤੇ ਤੁਸੀਂ ਆਪਦੀ ਇਫੈਕਟਿਵਨੈਸ ਜਾਂ ਇੰਪੈਕਟ ਨਹੀਂ ਰੱਖਦੇ ਤਾਂ ਤੁਸੀਂ ਬਚ ਨਹੀਂ ਨਾ ਸਕਦੇ। ਦੂਜੀ ਗੱਲ, ਰਾਜ ਤੁਹਾਨੂੰ ਦੇਤਾ, ਪਰ ਰਾਜ ਦੇ ਉੱਤੇ ਸਾਡੇ ਅਕਾਲ ਤਖਤ ਸਾਹਿਬ ਹੁੰਦਾ ਸੀ, ਸਾਡੇ ਜਥੇਦਾਰ ਸਾਹਿਬਾਨ ਹੁੰਦੇ ਸੀ, ਸਾਡੀਆਂ ਟਕਸਾਲਾਂ ਹੁੰਦੀਆਂ ਸੀ, ਅਗਲੇ ਉਦੋਂ ਹੀ ਨੱਪ ਲੈਂਦੇ ਸੀ ਵੀ ਆਹ ਵੇਖ ਫਿਰਕ ਰਿਹਾ ਤੂੰ ਸਾਡੇ ਸਿਧਾਂਤਾਂ 'ਤੇ। ਅੱਜ ਕਿਤੇ ਉਹ ਨੱਪ ਸਕਦੇ ਆ? ਅਸੀਂ ਆਪਦੇ ਸਿਸਟਮ ਨੂੰ ਆਪ ਹੀ ਖਰਾਬ ਕੀਤਾ, ਅੱਜ ਸਾਨੂੰ ਮੁੜ ਕੇ ਉਸਾਰਨਾ ਵੀ ਪੈਣਾ। ਕਿਸਾਨੀ ਨੂੰ ਅਸੀਂ ਕਿਸਾਨੀ ਦਾ ਸੰਘਰਸ਼ ਹੀ ਲੜ ਰਹੇ ਸੀ, ਉਹ ਤੋਂ ਪਰਾਂ ਨਹੀਂ ਜਾ ਰਹੇ, ਪਰ ਕਿਸਾਨਾਂ ਨੂੰ ਵੀ ਅੱਜ ਇਹ ਪੋਲੀਟੀਕਲ ਸਟਰਗਲ ਹੋ ਗਈ ਆ, ਸਰਕਾਰ ਦੇ ਖਿਲਾਫ ਲੜ ਰਹੇ ਅਸੀਂ ਕਿਸਾਨ, ਕਿਸਾਨਾਂ ਨੂੰ ਵੀ ਅੱਜ ਕੋਈ ਸਿਆਸੀ ਧਿਰ ਚਾਹੀਦੀ ਆ ਪੰਜਾਬ ਦੀ, ਜਿਹੜੀ ਉਹਨਾਂ ਨਾਲ ਜਾ ਕੇ ਖੜੀ ਹੋਵੇ। ਕੋਈ ਇੱਕ ਸਿਆਸੀ ਧਿਰ ਹੀ ਬਣਾ, ਕੋਈ ਇੱਕ ਲੀਡਰ ਹੀ ਬਣਾ ਦਿਓ ਮੈਨੂੰ, ਜਿਹੜਾ ਕਹੇ ਵੀ ਮੈਂ ਮੋਰਚਿਆਂ 'ਤੇ ਬੈਠੂੰ, ਜਿਹੜਾ ਕਹੇ ਨਹੀਂ ਮੈਂ ਅੱਜ ਤੁਹਾਡੇ ਨਾਲ ਬੈਠੂੰਗਾ ਇਹ ਸਟਰਗਲ ਪੋਲੀਟਿਕਸ ਕਰਨ ਦਾ। ਹੁਣ ਇੱਕ ਅਗਲੀ ਗੱਲ, ਜੇ ਕੋਈ ਸਿਆਸੀ ਧਿਰ ਅੱਜ ਕਿਸਾਨਾਂ ਦੇ ਨਾਲ ਜਾ ਕੇ ਬਹਿ ਜਾਂਦੀ ਹੈ, ਦਿਲਾਂ 'ਤੇ ਰਾਜ ਕਰੂਗੀ ਉਹ ਸਿਆਸੀ ਧਿਰ? ਅਤੇ ਸਰਕਾਰ ਨੂੰ ਇਹ ਗੱਲ ਪਤਾ ਹੋਊ ਜੇ ਅਸੀਂ ਕਿੱਡਾ ਵੱਡਾ ਪ੍ਰੈਸ਼ਰ ਹੋਊ, ਜੇ ਅਸੀਂ ਨਹੀਂ ਮੰਗਾਂ ਮੰਨੀਆਂ ਤਾਂ ਉਹ ਸਿਆਸੀ ਧਿਰ ਨਹੀਂ 2022 'ਚ ਲੋਕ ਆਪਦੀ ਪਾਵਰ ਉਹਨਾਂ ਕੋਲ ਚਲੀ ਜਾਣੀ ਆ, ਬਹੁਤ ਵੱਡੀ ਪਾਵਰ ਸ਼ਿਫਟ ਹੋਣੀ ਆ। ਸੋ ਸਿਆਸੀ ਧਿਰਾਂ ਦਾ ਇਹ ਬਹੁਤ ਵੱਡਾ ਫਰਜ ਬਣਦਾ ਸੀ ਮੋਰਚਿਆਂ 'ਤੇ ਜਾ ਕੇ ਨਾਲ ਬਹਿੰਦੇ, ਪਰ ਕੋਈ ਨਹੀਂ ਬੈਠੇ, ਆਪਦੀ ਆਪਦੀ ਸਿਆਸਤ ਕਰੀਏ। ਸੋ ਜੇ ਅਸੀਂ ਅੱਜ ਇਸ ਗੱਲ 'ਚ ਪਿੱਛੇ ਹਟ ਗਏ ਕਿ ਪੰਜਾਬ ਕੋਲ ਆਪਦੀ ਇੱਕ ਸਿਆਸਤ ਹੋਣੀ ਚਾਹੀਦੀ ਹੈ, ਫਿਰ ਅਸੀਂ ਵਫ਼ਾਦਾਰੀ ਨਹੀਂ ਨਾ ਕਰ ਰਹੇ। ਜਿੱਦਾਂ ਹੀ ਅਸੀਂ ਇਹ ਗੱਲ ਕੀਤੀ ਸੀ ਵੀ ਪੰਜਾਬ ਆਪਦੀ ਹੋਣ ਦੀ ਲੜਾਈ ਲੜ ਰਿਹਾ, ਉਦੋਂ ਵੀ ਕੋਈ ਗੱਲ ਨਹੀਂ ਸਮਝਿਆ, ਅੱਜ ਅਸੀਂ ਕਹਿ ਰਹੇ ਹਾਂ ਪੰਜਾਬ ਕੋਲ ਨਿਰੋਲ ਪੰਜਾਬ ਦੀ ਸਿਆਸਤ ਹੋਣੀ ਚਾਹੀਦੀ ਆ, ਉਦੋਂ ਵੀ ਤੁਸੀਂ ਅਜੇ ਇਹ ਗੱਲ ਜੀ ਨਹੀਂ ਸਮਝੋਗੇ, ਹੋਰ 20 ਦਿਨਾਂ ਨੂੰ ਸਮਝਾਂਗੇ ਤੁਹਾਡੇ ਗੱਲ, ਇੱਥੇ ਆ ਕੇ ਖੜੋਗੇ। ਸੋ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ ਉਹ ਇਹ ਗੱਲ ਨਹੀਂ, ਸਿੱਧੂ ਗੱਲਾਂ ਕਰਦੇ ਪੰਚਾਇਤ ਤੋਂ ਸਹਿਮਤ ਹੋ ਕੇ ਲੱਖਾਂ ਲੋਕਾਂ ਦੀ ਸਹਿਮਤੀ ਦੇ ਨਾਲ ਇਹ ਗੱਲਾਂ ਅਸੀਂ ਸਾਹਮਣੇ ਰੱਖੀਆਂ, ਅਤੇ ਇਹ ਗੱਲਾਂ ਸਾਹਮਣੇ ਨਹੀਂ ਰੱਖਾਂਗੇ ਤਾਂ ਫਿਰ ਆਪਦੀ ਧਰਤੀ ਨਾਲ ਆਪਦੇ ਲੋਕਾਂ ਨਾਲ ਜਿਨ੍ਹਾਂ ਨੇ ਇੰਨਾ ਵੱਡਾ ਵਿਸ਼ਵਾਸ ਸਾਡੇ 'ਚ ਜਿਤਾਇਆ ਉਹਨਾਂ ਨਾਲ ਵਫ਼ਾਦਾਰੀ ਨਹੀਂ ਕਰਾਂਗੇ।
और अगली गल मैं तो यही गल कह रहा भी मैं मेन स्ट्रीम पॉलिटिक्स नहीं आना, मेरा अजे टैंपरामेंट है ही नहीं मेन स्ट्रीम पॉलिटिक्स करना। तो जोड़े बंदे हूँ जड़िया रूह देखो डॉक्टर गांधी है खहरा साहब आज किसी कॉमेंट पढ़ लो लोग इन्हों का ना लेंगे इन्होंने कट्ठे करो जी प्रगट बाई कट्ठे करो जी नवजोत सिंह सिद्धू कट्ठे करो जी या बैंस ब्रदर्स कट्ठे करो जी है ना छोटेपुर साहब कट्ठे करो लखे करो कट्ठे जे ये बंदे कट्ठे होंगे है तो असं इन्हों कहे थोड़े को मंच हैगा हो कट्ठे लड़ो पंजाब लई लड़ाई जिहड़ा फिरकूगा उन्हों संगत के सामने बेनकाब भी करा कितना बड़ा प्रेशर है इन बंदियां ते भी कट्ठे हो के रहन दा पिछले दिनों च कुछ साल दौरान कट्ठे होए भी आ पर उदों इलैक्शन तो पहला अलायंस बनते रहे आप बारे कट्ठे होंदे रहे लोगों के मन की गल नहीं सी अज लोगों के मन की गल आ अज किसानों भी चाहिए है कि सियासी धिर जिहड़ी उन्हां दी पोलीटिकल स्ट्रगल च मदद कर सके किसी को नहीं है पंजाब नूं भी चाहिए है। सो इनू मैच्योरिटी नाल समझने की कोशिश करो। शंभू मोर्चा कोई पार्टी अनाउंस नहीं कर रहा, शंभू मोर्चा जिहड़े साडे मेन स्ट्रीम पॉलिटिक्स का पार्ट आ ते शंभू मोर्चा कुछ साडे सुहिरद नेक रूहां नूं इंटेलेक्चुअल्स नूं कट्ठे कर रहे हैं दे रहे हैं कि एक समाजिक एक धिर भी पैदा करो जी उन्होंने पहरादारी देगी ताकि वो पंजाब के हितों को खिसकन समाजिक धिर जी खड़ी की।